ਸ਼੍ਰੋਮਣੀ ਅਕਾਲੀ ਦਲ ਦੇ ਇਕੱਠ ਤੋਂ ਘਬਰਾਈ ਹੈ ਕਾਂਗਰਸ ਟੀਨੂ। ਸ਼੍ਰੋਮਣੀ ਅਕਾਲੀ ਦਲ ਦੀ 16 ਸਤੰਬਰ ਨੂੰ ਫਰੀਦਕੋਟ ਵਿੱਚ ਹੋਣ ਵਾਲੀ ਰੈਲੀ ਪੰਜਾਬ ਸਰਕਾਰ ਦੁਆਰਾ ਲਾਅ ਐਂਡ ਆਰਡਰ ਦਾ ਹਵਾਲਾ ਦੇ ਕੇ ਰੈਲੀ ਨਾ ਕਰਨ ਨੂੰ ਲੈ ਕੇ ਅਕਾਲੀ ਦਲ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਪਵਨ ਕੁਮਾਰ ਟੀਨੂ ਅਤੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਮੰਡਨ ਦੁਆਰਾ ਜਲੰਧਰ ਦੀ ਪ੍ਰੈਸ ਕਲੱਬ ਵਿੱਚ ਕਾਂਗਰਸ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਇਕੱਠ ਤੋਂ ਕਾਂਗਰਸ ਘਬਰਾ ਗਈ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਤਾਰ ਕਾਂਗਰਸ ਸਰਕਾਰ ਦੀਆਂ ਨਾਕਾਮਯਾਬੀਆਂ, ਸਫਲਤਾਵਾਂ, ਲੋਕਾਂ ਨਾਲ, ਗਰੀਬਾਂ ਨਾਲ ਹੋ ਰਹੇ ਧੱਕੇ ਅਤੇ ਜ਼ਿਆਦਤੀਆਂ ਦੇ ਖਿਲਾਫ ਪੋਲ ਖੋਲ੍ਹੀ ਜਾ ਰਹੀ ਹੈ। ਔਰ ਉਸੇ ਲੜੀ ਦੇ ਤਹਿਤ ਫਰੀਦਕੋਟ 'ਚ ਰੈਲੀ ਹੋਣ ਜਾ ਰਹੀ ਸੀ। ਕਾਂਗਰਸ ਸਰਕਾਰ ਨੇ ਘਬਰਾ ਕੇ ਬੁਖਲਾਹਟ ਵਿੱਚ ਆ ਕੇ ਉਸ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ 'ਤੇ ਬੈਨ ਲਾ ਤਾ। ਮੈਂ ਸਮਝਦਾ ਇਹ ਨਾਦਰਸ਼ਾਹੀ ਫਰਮਾਨ ਆ ਕੈਪਟਨ ਅਮਰਿੰਦਰ ਸਿੰਘ ਜੀ ਦਾ, ਔਰ ਇਹ ਲੋਕਤੰਤਰੀ ਤਰੀਕਿਆਂ ਦਾ ਕਾਣ ਹੈ ਅਤੇ ਹਰ ਪਾਰਟੀ ਨੂੰ, ਹਰ ਸੰਸਥਾ ਨੂੰ ਆਪਣੀ ਗੱਲ ਕਹਿਣ ਦੀ ਆਜ਼ਾਦੀ ਹੈ। ਸਾਡਾ ਸੰਵਿਧਾਨ ਇਹ ਆਜ਼ਾਦੀ ਦਿੰਦਾ ਅਤੇ ਕਾਂਗਰਸ ਦੀ ਸਰਕਾਰ ਘਬਰਾ ਗਈ ਹੈ ਕਿਉਂਕਿ ਹੁਣ ਉਹਨਾਂ ਦੇ ਵੱਡੇ ਵੱਡੇ ਲੀਡਰ ਜਿਹੜੇ ਆ, ਉਹਨਾਂ ਦੇ ਖਾਸ ਸਾਥੀ ਜਿਹੜੇ ਆ, ਉਹ ਨਸ਼ੇ ਦੀਆਂ ਵੱਡੀਆਂ ਵੱਡੀਆਂ ਖੇਪਾਂ 'ਚ ਫੜੇ ਜਾ ਰਹੇ, ਔਰ ਇਸ ਗੱਲੋਂ ਵੀ ਕਾਂਗਰਸ ਘਬਰਾਈ ਬੈਠੀ ਹੈ ਕਿਉਂਕਿ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਦੀਆਂ ਚੋਣਾਂ 'ਚ ਪਹਿਲਾਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਕਾਗਜ਼ ਹੀ ਨਹੀਂ ਦਾਖਲ ਹੋਣ ਦਿੱਤੇ, ਫਿਰ ਰੱਦ ਕੀਤੇ ਅਫਸਰ ਸ਼ਾਹੀ ਦੀ ਮਦਦ ਲੈ ਕੇ, ਔਰ ਉਸ ਤੋਂ ਬਾਅਦ ਹੁਣ ਲੋਕਾਂ ਦੇ ਵਿੱਚ ਦੇਖਦੇ ਆ ਵੀ ਗਰਾਊਂਡ 'ਤੇ ਲੋਕ ਕਾਂਗਰਸ ਦੇ ਖਿਲਾਫ ਆ ਅਤੇ ਹੁਣ ਤਾਂ ਕਿ ਇਹਨਾਂ ਦੀ ਪੋਲ ਨਾ ਖੁੱਲ੍ਹ ਜਾਵੇ ਕਿਉਂਕਿ ਗਰੀਬਾਂ ਦੀਆਂ ਸਾਰੀਆਂ ਸਕੀਮਾਂ ਬੰਦ ਆ, 200 ਯੂਨਿਟ ਬੰਦ ਕਰਤੇ, ਸ਼ਗਨ ਸਕੀਮ ਬੰਦ ਆ, ਪੜ੍ਹਾਈ ਬੰਦ ਆ, 200 ਕਾਲਜ ਬੰਦ ਕਰਤੇ, 800 ਸਕੂਲ ਬੰਦ ਕਰਤੇ, ਸੇਵਾ ਕੇਂਦਰ ਬੰਦ ਕਰਤੇ, ਵਿਕਾਸ ਬੰਦ ਕਰਤਾ। ਸੋ ਇਸ ਕਰਕੇ ਲੋਕ ਇਹਨਾਂ ਨੂੰ ਹੁਣ ਉਡੀਕਦੇ ਆ ਵੀ ਪਿੰਡਾਂ 'ਚ ਆਉਣ ਕਾਂਗਰਸੀ, ਇਹਨਾਂ ਨੂੰ ਪੁੱਛੀਏ, ਅਤੇ ਅਕਾਲੀ ਦਲ ਇਹਨਾਂ ਦੀ ਪੋਲ ਖੋਲ੍ਹ ਰਿਹਾ ਤਾਂ ਉੱਤੋਂ ਘਬਰਾ ਕੇ ਬੁਖਲਾਹਟ ਵਿੱਚ ਆ ਕੇ ਇਹਨਾਂ ਨੇ ਫਰੀਦਕੋਟ ਦੀ ਰੈਲੀ ਜਿਹੜੀ ਆ ਉੱਤੇ ਬੈਨ ਲਾਇਆ। ਅਸੀਂ ਇਹਦੀ ਨਿੰਦਾ ਕਰਦੇ ਹਾਂ। ਸ਼੍ਰੋਮਣੀ ਅਕਾਲੀ ਦਲ ਇਸ ਫੈਸਲੇ ਦੇ ਖਿਲਾਫ ਅਸੀਂ ਕੋਰਟ 'ਚ ਵੀ ਜਾਵਾਂਗੇ, ਔਰ ਜਿਹੋ ਜਿਹਾ ਫੈਸਲਾ ਸਾਡੀ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ, ਅੱਜ ਹੀ ਮੀਟਿੰਗ ਹੋ ਰਹੀ ਹੈ ਬਠਿੰਡੇ 'ਚ, ਪ੍ਰਧਾਨ ਜੀ ਉੱਥੇ ਜਾ ਰਹੇ ਆ, ਜਿਹੋ ਜਿਹਾ ਫੈਸਲਾ ਦੇਣਗੇ ਅਸੀਂ ਸਾਰੇ ਡਟ ਕੇ ਕਾਂਗਰਸ ਦਾ ਵਿਰੋਧ ਕਰਾਂਗੇ, ਬਲਕਿ ਘਰ ਘਰ, ਗਲੀ ਗਲੀ, ਪਿੰਡ ਪਿੰਡ ਇਹਨਾਂ ਦੀ ਪੋਲ ਖੋਲ੍ਹਾਂਗੇ। ਘਬਰਾਉਣ ਵਾਲੇ ਨਹੀਂ। ਜਲੰਧਰ 'ਚ ਸੈਂਕੜੇ ਪੇਟੀਆਂ ਨਕਲੀ ਸ਼ਰਾਬ ਕਾਂਗਰਸ ਦਾ ਇੱਕ ਨੇਤਾ, ਉਹਦੇ ਫਾਰਮ ਹਾਊਸ ਤੋਂ ਮਿਲੀ ਹੈ, ਔਰ ਇਹ ਗੱਲ ਸਾਬਤ ਕਰਦੀ ਹੈ ਕਿ ਇਹ ਕਾਂਗਰਸ ਨੇ ਇਲੈਕਸ਼ਨ ਜਿਹੜਾ ਆ ਸਰਕਾਰੀ ਮਸ਼ੀਨਰੀ ਅਤੇ ਸ਼ਰਾਬ ਦੇ ਮਦਦ ਨਾਲ ਜਿੱਤਣਾ ਹੈ।